हाँ जी, सत श्री अकाल जी। सर पहले तो अज अमेरिकन बुली के रिगार्डिंग एक मीटिंग हुई सी बरनाले विच, उहदे करके अपने सारे मैंबर इकट्ठे हुए आ। अमेरिकन बुली के वड्डे तो वड्डे ब्रीडर ते अपने कनाइन वेलफेयर क्लब के प्रधान सुनील जस्सल जी ते लक्की भाजी ते बिंदी भाजी। हाँ जी बिंदी भाजी, सत श्री अकाल जी। सत श्री अकाल भाई। बिंदी भाजी पहले तो ये दसो जी, अज जिहड़ी मीटिंग हुई सी इहदे विच की डिसीजन लिया गया? इहदे विच इही है जी वी जिहड़ा अपने क्लब कनियो तां सब तों पहलां तां सुप्रीम कोर्ट मान लो ਤਾਂ ਹਾਈ ਕੋਰਟ ਮੰਨ ਲਓ ਇਹਦੇ ਵਿੱਚ ਕੇਸ ਦਾਇਰ ਕੀਤੇ ਜਾਣਗੇ ਜੀ, ਕੇਸ ਆਪਾਂ ਕਾਨੂੰਨੀ ਲੜਾਈ ਲੜਾਂਗੇ ਇਹਨਾਂ ਨਾਲ। ਤਾਂ ਦੂਜੀ ਗੱਲ ਵੀ ਜਿਹੜੇ ਅਫਸਰ ਹੈ ਜਿਨ੍ਹਾਂ ਨੇ ਮਤਲਬ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਲਿਖਿਆ ਅਮੈਰੀਕਨ ਬੁਲੀ ਬਾਰੇ ਵੀ ਕੋਈ ਗਰਾਊਂਡ ਲੈਵਲ ਦੇ ਉੱਤੇ ਕੋਈ ਜਾਂਚ ਨਹੀਂ ਕੀਤੀ ਵੀ ਇਹ ਬਰੀਡ ਕਿੱਦਾਂ ਦੀ ਹੈ, ਵੀ ਇਹ ਫੈਮਿਲੀ ਬਰੀਡ ਹੈ ਜਾਂ ਇਹ ਵੱਢਣ ਵਾਲੀ ਹੈ ਜਾਂ ਲੜਨ ਵਾਲੀ ਹੈ, ਉਹਨਾਂ ਨੇ ਕੋਈ ਇਨਕੁਆਇਰੀ ਨਹੀਂ ਕੀਤੀ। ਸਿੱਧਾ ਆਉਣ ਲਈ ਸਾਰ ਵੀ ਮਤਲਬ ਕਹਿਣ ਦਾ ਭਾਵ ਜੰਮੂ ਤੋਂ ਆ ਕੇ ਆਪਾਂ ਸੰਗਰੂਰ ਦੇ ਵਿੱਚ ਆਉਣ ਸਰ ਕਲਾ ਸਿਰਫ ਲਿਖ ਕੇ ਦੇ ਦਿੱਤਾ ਵੀ ਇਹ ਚੀਜ਼ਾਂ ਬੈਨ ਹੈ, ਉਹਨਾਂ ਨੂੰ ਅਸੀਂ ਮਿਲਾਂਗੇ। ਜਿਹਦਾ ਮਿਲ ਕੇ ਉਹਨਾਂ ਨੇ ਕਿਹਾ ਵੀ ਹਾਂਜੀ ਇਹ ਚੀਜ਼ ਦੀ ਸਾਡੀ ਹੈਗੀ ਹੈ ਗਲਤੀ, ਵੀ ਜਿਹੜੀ ਚੀਜ਼ ਨੂੰ ਅਸੀਂ ਬਿਨਾਂ ਦੇਖੇ ਤੋਂ ਮਤਲਬ ਇੱਕ ਬੈਨ ਕੀਤਾ, ਠੀਕ ਹੈ, ਕਲੀਨ ਚਿੱਟ ਦੇ ਦਿੱਤੀ ਤਾਂ ਅਸੀਂ ਉਤੋਂ ਅਸੀਂ ਵਾਪਸ ਆ ਜਾਾਂਗੇ ਜੀ, ਠੀਕ ਹੈ। ਜਿਹੜਾ ਕੇਸ ਆ ਉਹ ਤਾਂ ਚੱਲਣਗੇ ਸਾਡੇ, ਜਿਹੜੇ ਕੇਸ ਆ ਉਹ ਚੱਲਣਗੇ ਤਾਂ ਵੀ ਅਸੀਂ ਉਹ ਚੀਜ਼ ਨੂੰ ਵਾਪਸ ਆ ਜਾਾਂਗੇ ਅਸੀਂ। ਤਾਂ ਜੇ ਉਹਨਾਂ ਨੇ ਕਹਿਤਾ ਵੀ ਇਹ ਚੀਜ਼ ਇੱਦੀ ਰਹੂਗਾ ਤੇ ਫਿਰ ਅਸੀਂ ਗਰਾਊਂਡ ਲੈਵਲ ਦੇ ਉੱਤੇ ਸਾਰੇ ਪੰਜਾਬ ਦੇ ਕੋਨੇ ਕੋਨੇ ਤੋਂ ਜਿੰਨੇ ਵੀ ਬਰੀਡਰ ਹੈ, ਅੱਜ ਅਸੀਂ ਹਰ ਭਰਾ ਨੂੰ ਇਹ ਸੁਨੇਹਾ ਦਿੱਤਾ ਸੀ ਵੀ ਹਰ ਪਿੰਡੋਂ ਇੱਕ ਇੱਕ ਦੋ ਦੋ ਬੰਦੇ ਹੀ ਆਇਓ, ਜ਼ਿਆਦੇ ਨਾ ਆਇਓ, ਵੀ ਕਿਉਂਕਿ ਆਪਣੇ ਕੋਲ ਥਾਈ ਉਹਨਾਂ ਕਾ ਨਾ ਵੀ ਜਿੱਥੇ ਮੀਟਿੰਗ ਕਰਨੀ ਹੈ। ਇਸ ਤੋਂ ਬਾਅਦ ਅਸੀਂ ਇਹੀ ਕਹਿਣਾ ਵੀ ਹਰ ਪਿੰਡ ਦੇ ਵਿੱਚ ਜੇ 50 ਬਰੀਡਰ ਹੈ ਤਾਂ 50-50 ਬਰੀਡਰ ਹੀ ਹੋਣ, ਹਜ਼ਾਰਾਂ ਜਿਹੜਾ ਬੰਦਾ ਆਊਗਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਅਗਲਾ ਪਲਾਨ ਹੈ ਵੀ ਸਰ ਸਾਰੇ ਭਰਾ ਰਲ ਕੇ ਤਾਂ ਅਗਲਾ ਪਲਾਨ ਚੱਕਾਂਗੇ, ਸਟੈਪ ਕਰਾਂਗੇ ਵੀ ਉਹਦੇ ਨਾਲ ਹੀ ਅਸੀਂ ਕਿੱਥੇ ਕੁਝ ਧਰਨਾ ਦੇਣਾ, ਕੀ ਕਰਨਾ, ਕੀ ਸਿਸਟਮ ਕਰੀਏ ਨਾ ਕਰੀਏ, ਉਹ ਆਉਣ ਵਾਲਾ ਪਲਾਨ ਜੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਜੀ ਇੱਕ ਹੋਰ ਦੱਸੋ ਜੀ ਕਿ ਵਾਕਈ ਇਹ ਬਰੀਡ ਇੰਨੀ ਡੇਂਜਰਸ ਹੈ ਕਿ ਸਰਕਾਰ ਨੂੰ ਬੈਨ ਕਰਨੀ ਪਈ? ਨਹੀਂ ਜੀ ਬਾਈ, ਇਹ ਨਾ ਮਤਲਬ ਕਹਿਣ ਦਾ ਭਾਵ ਵੀ ਜੇ ਅਫਸਰ ਨੂੰ ਨਹੀਂ ਪਤਾ ਸੀਗਾ, ਉਹ ਮੰਨ ਲਓ ਕਿਸੇ ਭਰਾ ਦੇ ਹੱਥ ਤੇ ਚੜ ਗਿਆ, ਜਾਂ ਮੰਨ ਲਓ ਸਮਝ ਲਓ ਵੀ ਜਿਹੜੀ ਅਮੈਰੀਕਨ ਬਲੀ ਇੱਕ ਬਰੀਡ ਹੈ, ਇੱਕ ਇਹੋ ਜੀ ਬਰੀਡ ਹੈ ਜਿਹੜੀ ਮਤਲਬ ਪੰਜਾਬ ਦੇ ਵਿੱਚ ਜੇ ਦਿਨ ਦੇ ਵਿੱਚ 10 ਪੱਪ ਵੇਖਦੇ ਆ, ਉਹਦੇ ਵਿੱਚੋਂ ਕੱਲੀ ਅਮੈਰੀਕਨ ਬਲੀ ਬਰੀਡ ਹੈ ਜਿਹਦੇ 5 ਪੱਪ ਵੇਖਦੇ ਆ, 5 ਹੋਰ ਬਰੀਡ ਦੇ, 5 ਕੱਲੀ ਅਮੈਰੀਕਨ ਬਲੀ ਦੇ। ਇਹ ਇੰਨੀ ਕਿ ਫੈਮਿਲੀ ਬਰੀਡ ਹੈ ਜੀ, ਬੱਚਿਆਂ ਦੇ ਨਾਲ ਰੱਖੋ, ਰੂਮ ਦੇ ਵਿੱਚ ਰਹਿੰਦੇ ਆ, ਜੇ ਇਹਦਾ ਬਾਈ ਚਾਂਸ ਮੰਨ ਲਓ ਹੁਣ ਟੈਂਪਰੇਚਰ ਹੈ 44 ਟੈਂਪਰੇਚਰ ਹੋ ਗਿਆ, ਜੇ ਆਪਾਂ ਇੱਥੋਂ ਸਿਰਫ ਆਪਣੇ ਜੱਟਾਂ ਦੀ ਘਾਤ ਹੁੰਦੀ ਹੈ 5 ਕਿੱਲੇ ਬਾਈ, ਜੇ ਇਹਨੂੰ 5 ਕਿੱਲੇ ਬਾਈ ਆਪਾਂ ਮਗਰ ਭਜਾ ਕੇ ਲੈ ਜੀ, ਇਹਨੂੰ ਟੈਕ ਹੋ ਜੂ, ਵੱਢਣ ਦੀ ਗੱਲ ਦੂਰ ਹੈ। ਕਿਤੇ ਵੀ ਕੋਈ ਮਰਜ਼ੀ ਅਫਸਰ ਆ ਕੇ ਦੇਖੇ ਸਾਡੇ ਕੈਨੇਡਾ ਦੇ ਵਿੱਚ ਆਵੇ ਅਮੈਰੀਕਨ ਬੁਲੀਆਂ ਕੋਲੇ, ਅਸੀਂ ਨਾਲ ਨਹੀਂ ਜਾਂਦੇ, ਉਹ ਆਪਦੇ ਹਿਸਾਬ ਦੇ ਨਾਲ ਕੱਲਾ ਕੱਲਾ ਕੇਸ ਛੱਡਣਗੇ। ਜੇ ਕੋਈ ਅਮੈਰੀਕਨ ਬੁਲੀ ਵੱਢਦਾ ਹੋਇਆ ਅਸੀਂ ਦੇਣਦਾਰ ਹਾਂ ਉਹ ਚੀਜ਼ ਦੇ ਵੀ, ਉਹ ਵੱਢਣਾ ਤਾਂ ਗੱਲ ਦੂਰ ਦੀ, ਭੌਂਕਣਾ ਨਹੀਂ ਤੁਹਾਨੂੰ ਮਿਲਣਾ ਵੀ ਸੁਣਨਾ ਨਹੀਂ, ਵੀ ਜੇ ਕੁੱਤੇ ਭੌਂਕਦੇ ਆਪਾਂ ਕਹਦੀਏ ਵੀ ਸੁਣਦਾ ਆਪਾਂ ਨੂੰ, ਸਾਨੂੰ ਉਹ ਵੀ ਚੀਜ਼ ਨਹੀਂ ਸੁਣਦੀ, ਠੀਕ ਹੈ। ਵੀ ਇੰਨੇ ਕੋ ਫੈਮਿਲੀ ਆ, ਬੰਦੇ ਨੂੰ ਦੇਖ ਕੇ ਤਾਂ ਉਹਨਾਂ ਨੂੰ ਚਾਅ ਚੜ ਜਾਂਦਾ ਵੀ ਸਾਡੇ ਕੋਲੇ ਕੋਈ ਬੰਦਾ ਇਨਸਾਨ ਆ ਗਿਆ, ਠੀਕ ਹੈ, ਉਹਨਾਂ ਦੇ ਨਾਲ ਇਹ ਲਾਡੀਆਂ ਪਾਡੀਆਂ ਕਰਨ ਲੱਗੇ, ਇੰਨੇ ਕੁ ਜ਼ਿਆਦਾ ਵੀ ਮਤਲਬ ਇਹ ਜਿਹੜੀ ਫ੍ਰੈਂਡਲੀ ਬਰੀਡ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਕਨਾਈਨ ਵੈਲਫੇਅਰ ਕਲੱਬ ਪ੍ਰੈਜ਼ੀਡੈਂਟ ਸੁਨੀਲ ਜੱਸਲ। ਆ ਥੋੜ੍ਹੇ ਦਿਨ ਤੋਂ ਜੋ ਵੀ ਚੱਲ ਰਿਹਾ ਸੀਗਾ ਕਿ ਅਮੈਰੀਕਨ ਬੁਲੀ ਬਰੀਡ ਨੂੰ ਬੈਨ ਕਰ ਦਿੱਤਾ ਗਿਆ, ਅੱਜ ਸਾਡੀ ਮੀਟਿੰਗ ਹੋਈ ਹੈ ਬਰਨਾਲਾ ਵਿਖੇ ਔਰ ਸਾਡੇ ਸਾਰੇ ਹੀ ਅਹੁਦੇਦਾਰ ਇਕੱਠੇ ਹੋਏ ਸੀ ਅਤੇ ਉੱਥੇ ਜੋ ਵੀ ਸਾਡਾ ਫੈਸਲਾ ਹੋਇਆ ਆ, ਕਨਾਈਨ ਵੈਲਫੇਅਰ ਕਲੱਬ ਆਪਣੇ ਵੱਲੋਂ ਜੋ ਕਿ ਅਮੈਰੀਕਨ ਬੁਲੀ ਬਹੁਤ ਹੀ ਸੌਫਟ ਬਰੀਡ ਹੈ, ਬੱਚਿਆਂ ਨਾਲ ਬਹੁਤ ਫਰੈਂਡਲੀ ਹੈ, ਉਸਨੂੰ ਕਲੀਨ ਚਿੱਟ ਦਿੰਦੇ ਹਾਂ ਅਸੀਂ। ਇਸ ਦਾ ਅੱਜ ਤੱਕ ਪਿਛਲੇ 5-7 ਸਾਲਾਂ ਤੱਕ ਵੀ ਕੋਈ ਵੀ ਇੱਦਾਂ ਦਾ ਰਿਕਾਰਡ ਨਹੀਂ ਹੈ ਕਿ ਇਸਨੇ ਕਿਸੇ ਬੱਚੇ ਨੂੰ ਵੱਢਿਆ ਹੋਵੇ ਜਾਂ ਇਹ ਕੋਈ ਅਗਰੈਸਿਵ ਬਰੀਡ ਹੋਵੇ। ਬਹੁਤ ਹੀ ਸੌਫਟ ਬਰੀਡ ਹੈ, ਘਰ 'ਚ ਰੱਖਣ ਵਾਲੀ ਬਰੀਡ ਹੈ ਔਰ ਅਸੀਂ ਇਸ ਨੂੰ ਕਲੀਨ ਚਿੱਟ ਦਿੰਦੇ ਹਾਂ ਆਪਣੇ ਕਨਾਈਨ ਵੈਲਫੇਅਰ ਕਲੱਬ ਵੱਲੋਂ।